ਸਤਿ ਸ਼੍ਰੀ ਅਕਾਲ ਜੀ ਆ ਇੱਕ ਦੋ ਦਿਨ ਤੋਂ ਇੱਕ ਵੀਡੀਓ ਬੜੀ ਵਾਇਰਲ ਹੁੰਦੀ ਪਈ ਹੈ ਇੰਦਰਜੀਤ ਨਿੱਕੂ ਸਾਹਿਬ ਦੀ ਕਿਸੇ ਬਾਬੇ ਦੇ ਸਾਹਮਣੇ ਉਹ ਬੈਠੇ ਹੋਏ ਆ ਜਾ ਕੇ ਔਰ ਖਰਚਾ ਹੋ ਗਿਆ ਸ਼ੋ ਨਹੀਂ ਹੈਗੇ ਕਰਾਮਾਤ ਕਰ ਦੋ ਟਾਈਪ ਜੋ ਵੀ ਹੈ ਦੇਖੋ ਕੁਦਰਤ ਦਾ ਅਸੂਲ ਹੈ ਜਿਹੜਾ ਵੀ ਬੰਦਾ ਸੀੜੀਆਂ ਚੜ੍ਹਦਾ ਹੈ ਭਾਵੇਂ ਉਹ ਸਿੰਗਰ ਹੈ ਐਕਟਰ ਹੈ ਜਾਂ ਕੋਈ ਵੀ किसी भी काम दे विच वो सीढ़ियां उतरनिया भी हुंदियां ते सीढ़ियां चढ़दे हुए बंदे नूं हुंदा है कि मैं मेरा टैलेंट मेरे डिसीजन मेरे मेरी समझदारी मन्नू पता है उदी ईगो जड़ी हुंदी है समान ते हुंदी है उस वक्त और जदों सीढ़ियां उतरनिया पै जाण ओए होए फिर आंदी है नूं उदी अकल टिकाने ते ਹੁਣ ਨਿੱਕੂ ਸਾਹਿਬ ਨੂੰ ਪੰਜਾਬ ਨੇ ਇੰਨਾ ਪਿਆਰ ਕੀਤਾ ਜੋ ਵੀ ਉਹਨਾਂ ਨੇ ਕਮਾਇਆ ਜਾਂ ਅੱਜ ਵੀ ਉਹ ਕੁਛ ਉਹਨਾਂ ਦੇ ਢਿੱਡ ਦੇ ਅੰਦਰ ਕੋਈ ਅੰਨ ਦਾ ਦਾਣਾ ਹੋਏਗਾ ਵੀ ਇਸ ਵਕਤ ਵੀ ਤੇ ਉਹ ਪੰਜਾਬ ਦੇ ਪੰਜਾਬੀ ਦੀ ਵਜ੍ਹਾ ਨਾਲ ਹੀ ਹੋਏਗਾ ਕਿਸੇ ਹੋਰ ਵਜ੍ਹਾ ਨਾਲ ਨਹੀਂ ਹੋਣਾ ਮੈਨੂੰ ਲੱਗਦਾ ਉਸ ਦੇ ਬਾਅਦ ਉਹਨਾਂ ਦੀ ਪੰਜਾਬ ਨੂੰ ਦੇਣ ਇਹ ਹੈ ਕਿ ਪੰਜਾਬ ਇੰਦੌਰ ਦੇ ਜਿਹੜੇ ਬਾਬੇ ਜਿਹਨੂੰ ਵੀ ਉਹ ਗਏ ਨੇ ਜਦ ਕੋਲ ਮੱਧ ਪ੍ਰਦੇਸ਼ ਦਾ ਕੋਈ ਬਾਬਾ ਹੈ ਉੱਥੇ ਉਹਦੇ ਚੇਲੇ ਚਪਾਟੇ ਕਹਿ ਰਹੇ ਕਿ ਬਾਬਾ ਜੀ ਕੀ ਕਰਾਮਾਤ ਦੇਖੀਏ ਗੁਰੂ ਗ੍ਰੰਥ ਕੋ ਮਾਨਨੇ ਵਾਲਾ ਪੰਜਾਬ ਆਧੇ ਘੰਟੇ ਮੇ ਬਾਬਾ ਜੀ ਨੇ ਬਾਬਾ ਜੀ ਕੇ ਗੁਣਗਾਨ ਕਰਨੇ ਲਗਾ ਇਹ ਇੰਦਰਜੀਤ ਨਿੱਕੂ ਭਾਜੀ ਇਹ ਤੁਹਾਡੀ ਅਚੀਵਮੈਂਟ ਹੈ ਪੰਜਾਬ ਨੂੰ ਇਹ ਦੇਣ ਹੈ ਤੁਹਾਡੀ ਪੰਜਾਬ ਨੂੰ ਇਹ ਸੁਣਵਾ ਰਹੇ ਹੋ ਤੁਸੀਂ ਬਹੁਤ ਵੱਡੀ ਤੁਹਾਡੀ ਅਚੀਵਮੈਂਟ ਹੈ ਤੁਸੀਂ ਖੁਦ ਦੁਨੀਆ ਭਰ ਚ ਘੁੰਮੇ ਹੋਏ ਹੋ ਅਮਰੀਕਾ ਕੈਨੇਡਾ ਹੋਰ ਵੀ ਮੁਲਕਾਂ 'ਚ ਤੁਸੀਂ ਘੁੰਮੇ ਹੋਏ ਹੋ ਔਰ ਘੁੰਮ ਕੇ ਤੁਸੀਂ ਇਹ ਸਿੱਖਿਆ ਸਾਰੀ ਜ਼ਿੰਦਗੀ ਤੁਸੀਂ ਪੱਗ ਬੰਨ ਕੇ ਰਹੇ ਹੋ ਸਿੱਖੀ ਦੇ ਵਿੱਚ ਰਹੇ ਹੋ ਸ਼ਾਇਦ ਉਸ ਦੇ ਬਾਅਦ ਤੁਸੀਂ ਇਹ ਸਿੱਖਿਆ ਇਹ ਪਖੰਡਵਾਦ ਸਿੱਖਿਆ ਔਰ ਇਸ ਪਖੰਡਵਾਦ ਨੂੰ ਵਧਾ ਰਹੇ ਹੋ ਬੱਲੇ ਭਾਜੀ ਤੁਹਾਡੇ ਕੁਰਬਾਨ ਜਾਈਏ ਤੁਹਾਡੇ ਸਦਕੇ ਜਾਈਏ ਤੁਹਾਡੇ ਕਿਆ ਤੁਸੀਂ ਉੱਥੇ ਇਮੋਸ਼ਨਲ ਹੋ ਕੇ ਕੋਡੇ ਹੋ ਰਹੇ ਹੋ ਇੱਕ ਕਿਸਮ ਦੇ ਇੱਕ ਪਖੰਡੀ ਸਾਹਮਣੇ ਜਿਹੜਾ ਤੁਹਾਡਾ ਤਮਾਸ਼ਾ ਬਣਾ ਰਿਹਾ ਜੇ ਉਸ ਦੇ ਵਿੱਚ ਕੋਈ ਕਰਾਮਾਤ ਹੁੰਦੀ ਤੇ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ੋਅ ਮਿਲੇ ਹੁੰਦੇ ਤੁਹਾਨੂੰ ਯੂਪੀ ਬਿਹਾਰ ਦੇ ਸ਼ੋਅ ਮਿਲੇ ਹੁੰਦੇ ਉੱਥੇ ਤੁਹਾਨੂੰ ਕੁੱਤੇ ਨੇ ਵੀ ਨਹੀਂ ਪੁੱਛਣਾ ਮੈਂ ਦੁਬਾਰਾ ਬੋਲਦਾ ਉੱਥੇ ਤੁਹਾਨੂੰ ਕੁੱਤੇ ਨੇ ਵੀ ਨਹੀਂ ਪੁੱਛਣਾ ਤੁਹਾਡੇ ਰੋਣ ਕਰਕੇ ਪੰਜਾਬ ਨੇ ਤੁਹਾਡੇ ਤੇ ਦਇਆ ਕਰਕੇ ਤੁਹਾਨੂੰ ਫਿਰ ਤੁਹਾਡਾ ਹੱਥ ਤੁਹਾਡਾ ਫੜ ਲੈਣਾ ਕਿ ਯਾਰ ਸਾਡਾ ਭਰਾ ਹੈ ਕਿਸੇ ਭਈਏ ਅੱਗੇ ਜਾ ਕੇ ਰੋਣ ਡਿਆ ਯਾਰ ਇਹਨੂੰ ਫੜੀਏ ਇਹ ਤੁਹਾਡੇ ਤੇ ਪੰਜਾਬ ਤਰਸ ਕਰਕੇ ਤੁਹਾਡੇ ਨਾਲ ਖੜਾ ਹੋ ਰਿਹਾ ਔਰ ਤੁਸੀਂ ਪੰਜਾਬ ਨੂੰ ਇਹ ਸੁਣਵਾ ਰਹੇ ਹੋ ਬਹੁਤ ਸਾਰੇ ਲੋਕੀ ਜਿਹੜੇ ਆ ਡੇਰਿਆਂ ਦੇ ਵੱਲ ਨੂੰ ਹੋ ਜਾਂਦੇ ਨੇ ਇਹ ਕਈ ਵਾਰੀ ਆਪਾਂ ਸੋਚਦੇ ਹਾਂ ਇਹ 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 ਡੰਗਰ ਆਦਮੀ ਹੈ ਇਹ ਸਿਰਸੇ ਵਾਲਾ ਸਾਧ ਹੋ ਗਿਆ ਜਾਂ ਤੁਹਾਡੇ ਵਾਲਾ ਸਾਧ ਹੋ ਗਿਆ ਇਹ ਇਹਨਾਂ ਨੂੰ ਕਿੱਦਾਂ ਕੌਣ ਲੋਕ ਹੁੰਦੇ ਜਿਹੜੇ ਯਾਰ ਇਹਨਾਂ ਦੇ ਸਾਹਮਣੇ ਬੈਠੇ ਹੁੰਦੇ ਆ ਨਿੱਕੂ ਸਾਹਿਬ ਤੁਸੀਂ ਤਾਂ ਕਮਾਲ ਕਰਤੀ ਸਿਰੇ ਲਾਤੀ ਗੱਲ ਔਰ ਤੁਹਾਡੇ ਤੋਂ ਵੀ ਅੱਗੇ ਸਿਰੇ ਲਾਉਣ ਵਾਲੇ ਬੰਦੇ ਬੈਠੇ ਦੇਖੋ ਤੁਹਾਡੇ ਜਿਹੜੇ ਸਿੰਗਰ ਭਰਾ ਤੁਹਾਨੂੰ ਕਹਿ ਰਿਹਾ ਬ੍ਰੋ ਆਈ ਐਮ ਵਿਦ ਯੂ ਆਲਵੇਸ ਕਿਸੇ ਇੱਕ ਨੇ ਤੁਹਾਨੂੰ ਇਹ ਨਹੀਂ ਬੋਲਿਆ ਕਿ ਨਿੱਕੂ ਭਰਾਵਾ ਕਿਹੜੇ ਪਖੰਡਾਂ ਚ ਪੈ ਗਏ ਯਾਰ ਤੈਨੂੰ ਮੈਂ ਕੰਮ ਦੇਣਾ ਲੇਕਿਨ ਆ ਪਖੰਡ ਤੋਂ ਬਾਹਰ ਨਿਕਲ ਕਿਸੇ ਇੱਕ ਨੇ ਨਹੀਂ ਬੋਲਿਆ ਆਈ ਐਮ ਵਿਦ ਯੂ ਮੈਂ ਤੈਨੂੰ ਕੰਮ ਦਿਆਂਗਾ ਮੈਂ ਤੈਨੂੰ ਸ਼ੋਅ ਦਿਆਂਗਾ ਇਹ ਵੀ ਮੈਂ ਮੰਨਦਾ ਕਿ ਜਿੰਨੇ ਵੀ ਸਿੰਗਰ ਹੁੰਦੇ ਆ ਤਕਰੀਬਨ ਸਿੰਗਰ ਜਿਹੜੇ ਜ਼ਿਆਦਾਤਰ ਜਿਹੜੇ ਸਿੰਗਰ ਹੁੰਦੇ ਆ ਨਿਖੱਦ ਹੁੰਦੇ ਆ ਦਿਮਾਗ ਤੋਂ ਪੈਦਲ ਹੁੰਦੇ ਆ ਔਰ ਬਹੁਤ ਜ਼ਿਆਦਾ ਵਹਿਮੀ ਭਰਮੀ ਔਰ ਪਖੰਡੀ ਹੁੰਦੇ ਆ ਇਹਨਾਂ ਸਿੰਗਰਾਂ ਨੂੰ ਭਾਵੇਂ ਕਾਮਯਾਬ ਨੇ ਤੇ ਇਹ ਡਰਦੇ ਨੇ ਕਿ ਮੇਰੇ ਸ਼ੋਅ ਘੱਟ ਨਾ ਹੋ ਜਾਣ ਜਿਹਦੇ ਘੱਟ ਹੈ ਉਹ ਕਹਿੰਦਾ ਮੇਰੇ ਵੱਧ ਕਿੱਦਾਂ ਹੋਣ ਤੇ ਇਹਨਾਂ ਨੂੰ ਪੰਡਿਤ ਇੰਨਾ ਲੁੱਟਦੇ ਨੇ ਸਾਰਿਆਂ ਨੂੰ ਤਕਰੀਬਨ ਆ ਹਵਨ ਕਰਾ ਲਓ ਆ ਪਾਠ ਕਰਾ ਲਓ ਮੈਂ ਤੁਹਾਡੇ ਲਈ ਫਲਾਣੀ ਪੂਜਾ ਕਰ ਦਿੰਦਾ ਫਲਾਨ ਕਰ ਦਿੰਦਾ ਇਹ ਸਾਰੇ ਜਿਹੜੇ ਸਿੰਗਰ ਨੇ ਇਹ ਸਭ ਇਹਦੇ ਵਿੱਚ ਹੀ ਆਪਣਾ ਪੈਸਾ ਲੁਟਾਉਂਦੇ ਆ ਬਾਅਦ ਚ ਫਿਰ ਬਾਬੇ ਅੱਗੇ ਜਾ ਕੇ
अज अगर पब्लिकली लोगों के जाके एक बाबे अगे आके रोन लग गए हो तो इसका मतलब जब तुहाडे को पैसे आए होने इन्हां इन्हां पखंडां दे विच बहुत पैसा उड़ाया होना कमरे के अंदर जिगरा चाहिदा है कि भाई तुसी हजारां लोगों के विच बह के अपना तमाशा बना के हंजू डेक के अगला तुहाडा वह भी उतरवा दिंदा मास्क भी कि भाई उतार जरा मास्क तुहाडा तमाशा बना दिंदा इस हद तक तुहानू मजबूर होना पिया होना तो इसका मतलब जब तुहाडे को पैसे सीगे तां तुसी एहो जे पखंडा नू ए नहीं कि तुसी अज कर रहे हो उदों भी तुसी करते रहे होवोगे उदों तुसी कमरे के अंदर करते होवोगे। प्रीत हरपाल साहब का ट्वीट है कहिंदे जी मेरी उहदे नाल गल हुई है और बहुत एक किस्म का उन्हें बोलिया कि भाई सिखां नू तां शर्म आनी चाहिए है तुसी निकू नू गलत कह रहे हो कि वह अगला देखो पग ला के गया टोपी पा के गया एडा वड्डा उन्हें एहसान किया सिखां उत्ते कमाल है एक तो एक सिरे तो सिरा लाई जांदे बंदे। निकू साहब का जिहड़ा मैं पढ़िया उन्हां दा उहदे विच उन्होंने लिखिया कि भी मैं ऋणी हाँ धनवादी हाँ मैनू पैसे दी तुसी ओह ना दो मैनू शो दे दो पर उन्हें किते ये नहीं लिखिया कि मैं माफी मंगदा कि मैं एक पखंड दे विच पै गया सीगा वह पखंड तो वह भी शायद यह मन के बैठा कि बाबे की करामात है। निकू साहब बाबे की करामात है ना तो बाबे नू कहो मेरे शो मध्य प्रदेश अपने इलाके च लवा के दिखाए पंजाब तुहानू शो दे रहा है वह कोई चमत्कार नहीं है वह तुहानू प्यार करते सी जिहड़े लोग अज भी तुहानू प्यार करते हैं तुहाडे ते यह कह के कि यार साडा भरा मुश्किल च आपां नाल खड़े हुंदे आ तुसीं सीधा भी अगर ट्वीट किया हुंदा ना कि मैं पंजाब दे नाल गल करना चाहना कि पंजाबी हो मैं मुश्किल चा मैनू शो चाहिए ने मैनू मैं कहना इस तो दस गुणा शो मिलने ही यार तुहानू आ तुसीं पखंड करके किन्ने लोगों नू पखंड वल नू तोरिया होना हद होई पी पूरी इंडस्ट्री जिहड़ी हैगी है सिंगरां दी ए किसी ने नहीं तुहानू टोकिया कि यार भरावा पखंड ना कर पखंड ना तो तू कर ते ना ही इनू वधा आम बंदा जिहड़ा ओ जिहड़ा तुहानू वेखदा ओ इन्हां पखंडा वल नू खिंचिया जांदा तुसीं किसी एक ने भी इसका खंडन नहीं किया इसका खंडन होना एटलीस्ट तुहाडे वल्लों निकू साहब तुहाडे वल्लों इसका खंडन होना जरूरी है। और जे तुहानू लगता कि तुसीं इत्थे बाबे की करामात है तो बाबे की भाषा च गाने गाओ यार कोई परेशानी नहीं बाबे की भाषा च गाने गाओ गवाओ उत्थे बाबे नू कहो तुहाडे शो भी लवावे वेचना पंजाब वेचनी पंजाबी वेचनी तुसीं अपनी पग और कोडे होना तुसीं बाबे अगे ये तो सही नहीं शर्म वाली गल है मनु तो बहुत शर्म आई वो वीडियो वेख के भी उसके बाद इस सिंगरां दे जिहड़े वर्तारे देख के कि भाई मैं तेरे नाल हां ब्रो मैं तेनू कम दियांगा मैं तेनू ऐ दियांगा ये सब किसी एक ने नहीं बोलिया कि पखंडवाद नू वधाना वेरी सैड।